ਇਹ ਧਾਰਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ, ਇਹ ਬਦਬੂ ਫੈਕਟਰੀ ਆ, ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਾਹ ਲੈਣਾ ਵੀ ਔਖਾ, ਇਹਦੇ ਨੇੜੇ ਸਕੂਲ ਆ ਉੱਥੇ ਬੱਚਿਆਂ ਨੂੰ ਵੀ ਸਾਹ ਲੈਣਾ ਔਖਾ, ਇੱਕ ਇਹਦੇ ਨਾਲ ਫੈਕਟਰੀ ਹੋਰ ਆ ਨਾਰੀਅਲ ਤੋਂ ਟੋਕਰੀਆਂ ਬਣਦੀਆਂ ਨੇ, ਉੱਥੇ ਸਾਡੀਆਂ ਮਜ਼ਦੂਰ ਭੈਣਾਂ ਕੰਮ ਕਰਦੀਆਂ ਨੇ, ਉਹਨਾਂ ਨੂੰ ਕੰਮ ਕਰਨਾ ਵੀ ਰੋਟੀ ਪਾਣੀ ਖਾਣਾ ਵੀ ਔਖਾ, ਅਤੇ ਦੂਆ ਜਿਹੜੀ ਇਹਦੀ ਵੇਸਟੇਜ ਨਿਕਲ ਰਹੀ ਆ ਉਹ ਵੇਸਟੇਜ ਇੰਨੀ ਖਤਰਨਾਕ ਆ, ਜਿੱਥੇ ਜੀ ਕਰਦਾ ਸਿੱਟ ਦਿੰਦੇ ਨੇ, ਬਾਕੀ ਇਹਨਾਂ ਨੇ ਜਿਹੜੀ ਪਰਾਲੀ ਲਈ ਸੀ ਉੱਥੇ ਵੀ ਵੇਸਟੇਜ ਪਈ ਆ, ਉਹ ਮੀਂਹ ਪੈਂਦਾ ਤਾਂ ਉਹਦੇ ਵਿੱਚ ਸੁੰਡ ਹੋਰ, ਜਿਹੜਾ ਇਹਨਾਂ ਨੇ ਗੱਲ ਹਰੇ ਚਾਰੇ ਦੀ ਕੀਤੀ ਸੀ ਪਰ ਲੇਕਰੋਂ ਅੱਜ ਫੈਕਟਰੀ ਦੇ ਵਿੱਚ ਦੁਨੀਆ ਭਰ ਦਾ ਖੰਨੇ ਸ਼ਹਿਰ ਦਾ ਗੰਦ ਗੋਬਰ ਉਹਦੇ ਵਿੱਚ, ਉਸ ਗੋਬਰ ਦੇ ਵਿੱਚ ਡੈਰੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਵੀ ਵਿੱਚ ਹੁੰਦੇ ਨੇ, ਅਤੇ ਮਿੱਲ ਦਾ ਜਿਹੜਾ ਗੰਦ ਆ ਗੰਨਾ ਮਿੱਲਾਂ ਦਾ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ। ਅੱਜ ਤੁਸੀਂ ਖੁਦ ਇੱਥੇ ਖੜ੍ਹੇ ਹੋ, ਤੁਸੀਂ ਦੇਖ ਲਓ ਅੱਜ ਇੱਥੇ ਕਿੰਨੀ ਬਦਬੂ ਆ ਰਹੀ ਆ ਵੀ ਲੋਕਾਂ ਨੂੰ ਸਾਹ ਲੈਣਾ। ਕਿਲੋਮੀਟਰ ਤੱਕ ਇਹਦੀ ਸਮੈਲ ਜਾ ਰਹੀ ਹੈ ਜੀ? ਇਹਦੀ ਘੱਟੋ ਘੱਟ 3-4 ਕਿਲੋਮੀਟਰ ਤੱਕ ਸਮੈਲ ਜਾ ਰਹੀ ਆ। ਪਿੰਡ ਦੇ ਵਿੱਚ ਜਿਹੜੇ ਬਾਈਕਾਟ ਦੇ ਬੂਥ ਨਾ ਲੱਗਣ ਦੇ ਬੈਨਰ ਲਾਏ ਉਹ ਕਿਉਂ ਲਗਾਏ ਗਏ ਨੇ? ਉਹ ਇਸ ਕਰਕੇ ਲਾਏ ਗਏ ਨੇ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ, ਈਵਨ ਇੱਥੋਂ ਤੱਕ ਕਿ ਕਿਸੇ ਦਾ ਕੋਈ ਪ੍ਰੈਸ ਬਿਆਨ ਤੱਕ ਵੀ ਨਹੀਂ ਆਇਆ, ਕੋਈ ਇੱਥੇ ਤੱਕ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਇੱਥੇ ਧਰਨੇ 'ਤੇ ਕਿਉਂ ਬੈਠੇ ਹੋ। ਕਿੰਨੀ ਕੁ ਦੇਰ ਤੋਂ ਲੱਗੀ ਹੋਈ ਹੈ ਜੀ ਫੈਕਟਰੀ ਇਹ? ਇਹ ਫੈਕਟਰੀ 2.5 ਸਾਲ ਹੋ। 2.5 ਸਾਲ ਤੋਂ ਇਸੇ ਤਰ੍ਹਾਂ ਦੀ ਸਮੱਸਿਆ ਜੀ? ਹਾਂ ਨਹੀਂ, ਸਮੱਸਿਆ ਹੁਣ ਜ਼ਿਆਦਾ ਆਉਣ ਲੱਗੀ ਆ, ਪਹਿਲਾਂ ਘੱਟ ਆਉਂਦੀ ਸੀ ਕਿਉਂਕਿ ਹੁਣ ਇਹਦੇ ਵਿੱਚ ਕੈਮੀਕਲ ਇਸ ਜੇ ਪਾਉਣ ਲੱਗ ਗਏ। ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ? ਤੁਸੀਂ ਧਰਨੇ ਲਾਏ ਨੂੰ ਕਿੰਨੇ ਦਿਨ ਹੋ ਗਏ ਹੁਣ ਤੁਹਾਨੂੰ? 4 ਹਾਂ ਜੀ। ਉਹਨਾਂ ਨੂੰ ਦੱਸਿਆ ਦਿਖਾਇਆ ਵੀ ਇੱਥੇ ਬਦਬੂ ਆ ਰਹੀ ਆ, ਇਹ ਤੋਂ ਪਹਿਲਾਂ ਭੂਦੜੀ ਪਿੰਡ 'ਚ ਗੈਸ ਫੈਕਟਰੀ ਰੋਕਣ ਵਾਸਤੇ ਉੱਥੇ ਧਰਨਾ ਲੱਗਿਆ ਹੋਇਆ, ਉਹ DC ਸਾਹਿਬ ਕੋਲ ਗੱਲ ਗਈ, DC ਸਾਹਿਬ ਨੇ ADC ਅਤੇ ਆਪਣੇ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਉਹ ਖੁਦ ਦੇਖ ਕੇ ਗਏ ਨੇ ਕਿ ਇਹਨਾਂ ਦਾ ਜਿਹੜਾ ਗੰਦਾ ਪਾਣੀ ਆ ਉਹ ਧਰਤੀ ਦੇ ਵਿੱਚ ਸੁੱਟ ਰਹੇ ਨੇ ਜਿਹਦੇ ਨਾਲ ਸਾਡਾ ਪਾਣੀ ਵੀ ਪਲੀਤ ਹੋ ਰਿਹਾ। ਮੇਰਾ ਨਾਮ ਕੁਲਦੀਪ ਕੌਰ, ਮੈਂ ਨਾਲ ਦੇ ਪਿੰਡ ਗੋਬਿੰਦਪੁਰਾ ਦੀ ਵਾਸੀ ਹਾਂ ਜੀ। ਮੈਡਮ ਕਿੰਨੀ ਕੁ ਸਮੱਸਿਆ ਆ ਰਹੀ ਹੈ ਜਿੱਦਾਂ ਕਿ ਹੋਰ ਵੀ ਪਿੰਡ ਵਾਸੀ ਦੱਸ ਰਹੇ ਨੇ ਇਹਦੀ ਬਦਬੂ ਦੀ ਕਾਫੀ ਜ਼ਿਆਦਾ ਸਮੱਸਿਆ? ਸਰ ਬਹੁਤ ਜ਼ਿਆਦਾ, ਤੁਸੀਂ ਖੁਦ ਵੀ ਨੋਟ ਕਰ ਰਹੇ ਹੋਵੋਗੇ ਅੱਜ ਇੱਥੇ ਖੜ੍ਹਨਾ ਵੀ ਔਖਾ ਹੋ ਰਿਹਾ। ਸੋ ਜਦੋਂ ਜ਼ਿਆਦਾਤਰ ਹਵਾ ਇੱਧਰ ਦੀ ਹੁੰਦੀ ਉਦੋਂ ਤਾਂ ਸਾਡੇ ਪਿੰਡ 'ਚ ਵੀ ਇਹਦੀ ਮਾਰ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਕਈ ਵਾਰੀ ਤਾਂ ਸਟਾਰਟਿੰਗ 'ਚ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਆ ਕਿੱਧਰੋਂ ਰਹੀ ਹੈ। ਹੁਣ ਜਦ ਤੋਂ ਇਹਨਾਂ ਦਾ ਸੰਘਰਸ਼ ਸ਼ੁਰੂ ਹੋਇਆ, ਜਦ ਤੋਂ ਸਾਡੇ ਵੀ ਧਿਆਨ 'ਚ ਚੀਜ਼ਾਂ ਯਾਨੀ ਕਿ ਇਸ ਫੈਕਟਰੀ ਦੀ ਆ ਰਹੀ ਹੈ, ਅਤੇ ਇਹੀ ਮੰਗ ਹੈ ਕਿ ਇਹ ਜਿੰਨੀ ਜਲਦੀ ਹੋਵੇ ਚੱਕੀ ਜਾਵੇ, ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਣ ਸੀ ਉਹ ਗਹਾਰਿਆਂ ਅਤੇ ਰੂੜੀਆਂ ਤੋਂ ਹੁੰਦੀ ਸੀ, ਨਾ ਕਿ ਫੈਕਟਰੀਆਂ ਤੋਂ। ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ, ਵਿਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ ਕਿਉਂਕਿ ਜਿਹੜੀਆਂ ਇਹ ਫੈਕਟਰੀਆਂ ਨੇ ਜਾਂ ਜੋ ਵੀ ਇਹ ਰੁਜ਼ਗਾਰ ਦਾ ਸਾਧਨ ਨੇ, ਸਾਡੀ ਦੇਸ਼ ਦੀ ਅਰਥ ਵਿਵਸਥਾ ਇਹਨਾਂ 'ਤੇ ਖੜ੍ਹੀ ਹੈ, ਕੋਈ ਸ਼ੱਕ ਨਹੀਂ ਕਿ ਇਹ ਲੱਗਣੀਆਂ ਹੀ ਹੁੰਦੀਆਂ ਨੇ, ਪਰ ਇਹਨਾਂ ਦੇ ਲੱਗਣ ਲਈ ਇੱਕ ਵਾਜਬ ਜਗ੍ਹਾ ਹੋਣੀ ਚਾਹੀਦੀ, ਦੂਰ ਪਹਾੜੀ ਏਰੀਏ ਵਿੱਚ ਜਾਂ ਕੋਈ ਇਹੋ ਜਿਹਾ ਥਾਂ ਚੁਣਨਾ ਚਾਹੀਦਾ ਜਿੱਥੇ ਨੇੜੇ ਤੇੜੇ ਕੋਈ 10-15 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਵੇ। ਸੋ ਇਹੀ ਮੰਗ ਹੈ ਕਿ ਇਹ ਫੈਕਟਰੀ ਜਿੰਨੀ ਜਲਦੀ ਹੋਵੇ ਬੰਦ ਹੋਵੇ, ਚੱਕੀ ਜਾਵੇ।
ਤੇ ਪਿੰਡ ਦੇ ਵਿੱਚ ਬਾਈਕਾਟ ਦੇ ਜਿਹੜੇ ਬੈਨਰ ਲੱਗੇ ਨੇ ਉਹ ਕੀ ਕਾਰਨ ਉਹ ਕਿਉਂ ਲਗਾਏ ਜੀ? ਬਾਈਕਾਟ ਦੇ ਬੈਨਰ ਮੈਂ ਕਹਿੰਦੀ ਹਾਂ ਬਹੁਤ ਵਧੀਆ, ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹ ਜੇ ਦੋ ਚਾਰ ਲੋਕ ਇੱਕ ਪਾਸੇ ਹੋਣਗੇ ਉਹਨਾਂ ਨੂੰ ਦੂਜਿਆਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਪੁਚਲਾਉਣਾ ਬਹੁਤ ਸੌਖਾ ਹੁੰਦਾ। ਜਦੋਂ ਅਸੀਂ ਏਕਾ ਕਰ ਲੈਂਦੇ ਹਾਂ ਅਤੇ ਏਕੇ ਦੇ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਨੇ, ਉਦੋਂ ਥੋੜ੍ਹੀ ਬਹੁਤੀ ਸਰਕਾਰ ਨੂੰ ਕਿਤੇ ਲੱਗਦਾ ਸੇਕ ਕਿ ਹਾਂ ਹੁਣ ਸਾਡੀ ਵੋਟ ਬੈਂਕ ਜਿਹੜੀ ਉਹ ਖਤਰੇ ਵਿੱਚ ਹੈ, ਤਾਂ ਸ਼ਾਇਦ ਇਹਨਾਂ ਚੀਜ਼ਾਂ ਦਾ ਸਰਕਾਰ 'ਤੇ ਅਸਰ ਹੋ ਜਾਵੇ। ਵਰਨਾ ਤਾਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਵਿੱਚ ਕਿੰਨੀ ਕੁ ਲੋਕਾਂ ਦੀ ਏਕਤਾ ਹੈ, ਸਾਨੂੰ ਲੋਕਾਂ ਨੂੰ ਏਕਤਾ ਕਰਨਾ ਚਾਹੀਦਾ ਪਿੰਡ ਪੱਧਰ 'ਤੇ ਏਰੀਏ ਪੱਧਰ 'ਤੇ, ਤਾਂ ਹੀ ਇਹੋ ਜਿਹੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਜੰਗ ਹੈ ਉਹ ਜਿੱਤ ਸਕਦੇ ਹਾਂ। ਤੁਹਾਡਾ? ਮੇਰਾ ਗੁਰਮੀਤ ਕੌਰ। ਕਿੰਨੀ ਕੁ ਸਮੱਸਿਆ ਆ ਰਹੀ ਹੈ ਇੱਥੇ ਜਿਹੜੀ ਹੈਗੀ? ਬਹੁਤ ਜੀ, ਬਹੁਤ ਆਉਂਦੀ ਹੈ, ਬਹੁਤ ਆਉਂਦੀ ਹੈ। ਰੋਟੀ ਨਹੀਂ ਚੰਗੀ ਲੱਗਦੀ। ਕਾਫੀ ਦੂਰ ਹੈ ਤੁਹਾਡਾ, ਉੱਥੇ ਤੱਕ ਸਮੱਸਿਆ ਲੈ ਜਾਂਦੀ? ਹਾਂਜੀ ਬਹੁਤ ਜਾਂਦੀ ਆ, ਹਾਂਜੀ ਬਹੁਤ ਜਾਂਦੀ। ਬਹੁਤ ਪਰੇਸ਼ਾਨ ਨੇ, ਸਾਰਾ ਬੱਚਾ ਪਰੇਸ਼ਾਨ ਆ। ਹਾਂ ਹੁਣ ਤੁਸੀਂ ਧਰਨੇ ਤੇ ਬੈਠੇ, ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਆ ਬੰਦ ਹੋਵੇ। ਅੱਛਾ। ਹਾਂਜੀ ਚੱਕੇ ਜਾਣ ਇਹਦੇ ਕੌਂਕੜੇ ਇੱਥੋਂ, ਬਸ ਅਸੀਂ ਤਾਂ ਬੰਦ ਚਾਹੁੰਦੇ ਹਾਂ, ਨਹੀਂ ਮੈਨੂੰ ਕਹੋ ਮੈਂ ਹੁਣ ਜਿੰਦਾ ਲਾ ਦਿੰਦੀ ਹਾਂ। ਹਾਂ ਹਾਂ ਮੇਰਾ ਨਾਮ ਹਰਮਨਜੀਤ ਸਿੰਘ ਹੈ। ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ ਇਸ ਫੈਕਟਰੀ ਦੇ ਖਿਲਾਫ? ਇਹਦੀ ਨਾ ਜੀ ਜਿਹੜੀ ਬਦਬੋ ਆ ਜੀ, ਪਹਿਲਾਂ ਥੋੜ੍ਹੀ ਘੱਟ ਆ ਰਹੀ ਸੀ, ਹੁਣ 6 ਮਹੀਨੇ ਤੋਂ ਇੰਨੀ ਜ਼ਿਆਦਾ ਆ ਰਹੀ ਹੈ ਜੀ ਕਿ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ। ਮੱਖੀ ਮੱਛਰ ਇੰਨਾ ਵਧਿਆ ਹੋਇਆ, ਇਹਦਾ ਅੰਤ ਕੋਈ ਨਹੀਂ। ਇਹਦੇ ਤਾਂ 300 ਗਜ਼ 'ਤੇ ਨਾ ਸਾਡੇ ਹਾਈ ਸਕੂਲ ਆ ਜੀ, ਉਹਦੇ ਵਿੱਚ ਵੀ ਕਈ ਵਾਰੀ ਬੱਚੇ ਬੇਹੋਸ਼ ਹੋਏ ਨੇ ਜੀ, ਅਤੇ ਉਹਨਾਂ ਨੂੰ ਆਉਣ ਜਾਣ 'ਚ ਵੀ ਦਿੱਕਤ ਆ, ਰਾਹਦਾਰਾਂ ਨੂੰ ਵੀ ਦਿੱਕਤ ਆ ਜੀ ਬਹੁਤ ਜ਼ਿਆਦਾ। ਜਿੱਦਾਂ ਕਿ ਹੁਣ ਵੋਟਾਂ ਨੇ, ਤੁਸੀਂ ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਸਰਕਾਰ ਤੋਂ ਇਹ ਕਰਦੇ ਹਾਂ ਜੀ, ਇਹਦਾ ਕੋਈ ਪ੍ਰੋਪਰ ਪੱਕਾ ਹੱਲ ਕੀਤਾ ਜਾਵੇ। ਆਬਾਦੀਆਂ ਦੇ ਨੇੜੇ ਇਹੋ ਜਿਹੀਆਂ ਗੰਦੀ ਸਮੈਲ ਵਾਲੀਆਂ ਫੈਕਟਰੀਆਂ ਨਹੀਂ ਚਾਹੀਦੀਆਂ, ਕਿਉਂਕਿ ਸਰਕਾਰਾਂ ਨੇ ਇਹ ਸਿਰਫ ਆਬਾਦੀ ਦੇ ਨੇੜੇ ਲਾਤੀਆਂ। ਇਸ ਫੈਕਟਰੀ ਦੀ ਸਾਡੀ ਸਮੈਲ 8-10 ਕਿਲੋਮੀਟਰ ਤੱਕ ਜਾਂਦੀ ਆ, 15 ਪਿੰਡ ਸਾਡੇ ਨੇ, ਅਤੇ ਜਿੱਧਰਲੀ ਵੀ ਹਵਾ ਚੱਲਦੀ ਆ ਮਾਰਚ ਆ ਰਹੇ ਨੇ ਇਹਦੇ 'ਚ। ਜਿੱਦਾਂ ਕਿ ਸਾਰੇ ਪਾਰਟੀਆਂ ਇਸ ਟਾਈਮ ਵੋਟਾਂ ਲਈ ਪਿੰਡ ਪਿੰਡ ਘੁੰਮ ਰਹੀਆਂ ਨੇ, ਸ਼ਹਿਰ ਸ਼ਹਿਰ ਘੁੰਮਦੀਆਂ ਨੇ, ਤੁਹਾਡੇ ਪਿੰਡ ਕੋਈ ਕੈਂਡੀਡੇਟ ਆਇਆ ਤਾਂ ਕੀ ਉਹ ਤੋਂ ਮੰਗ ਕੀ ਕਰੋਗੇ? ਹਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਆਇਆ ਜੀ, ਜੇ ਸਾਡੇ ਕੋਲ ਆਊਗਾ ਤਾਂ ਸਾਡੀ ਇੱਕੋ ਮੰਗ ਆ ਵੀ ਸਾਡੀ ਆ ਜਿਹੜੀ ਗੰਦੀ ਫੈਕਟਰੀ ਲੱਗੀ ਹੋਈ ਆ ਇਹ ਬੰਦ ਕੀਤੀ ਜਾਵੇ, ਅਤੇ ਸਾਨੂੰ ਨਿਜਾਤ ਦਿੱਤੀ ਜਾਵੇ ਜ਼ਿੰਦਗੀ ਜਿਉਣ ਦੀ। ਇੱਕ ਸਾਨੂੰ ਜਿਹੋ ਜਿਹਾ ਪਰਮਾਤਮਾ ਨੇ ਖੁਸ਼ਗਵਾਰ ਮਾਹੌਲ ਦਿੱਤਾ ਸੀਗਾ ਹਵਾ ਪਾਣੀ ਦਾ, ਉਹ ਸਾਡਾ ਜਿਉਂਦਾ ਰਹਿ ਜਾਵੇ, ਕਿਉਂਕਿ ਇਹਨਾਂ ਦੇ ਅਸੀਂ ਸੈਂਪਲ ਵੀ ਕਰਾ ਕੇ ਦੇਖੇ ਨੇ ਆਲੇ ਦੁਆਲੇ ਬੋਰਾਂ ਦੇ, ਉਹ ਨਾ ਖੇਤੀ ਯੋਗ ਨਾ ਪੀਣ ਯੋਗ ਰਹੇ ਨੇ, ਅਤੇ ਜਿਹੜੀ ਇਹਨਾਂ ਦੀ ਸਵੱਛ ਅੰਦਰੋਂ ਵੇਸਟੇਜ ਨਿਕਲਦੀ ਆ ਉਹ ਖੇਤਾਂ 'ਚ ਪਾਉਣ ਯੋਗ ਨਹੀਂ ਜੀ। ਉਹਦੇ ਵਿੱਚ 3 ਕੈਮੀਕਲ ਇਹੋ ਜਿਹੇ ਆਉਂਦੇ ਹੁੰਦੇ ਆ ਸਲੱਡ ਆਇਲ 'ਤੇ ਗਲੀਸੀ, ਜਿਹੜੇ ਕੈਂਸਰ ਪੈਦਾ ਕਰਦੇ ਨੇ ਜੀ। ਅਸੀਂ ਉਹਨਾਂ 'ਤੇ ਰਿਸਰਚ ਵੀ ਕਰਾ ਕੇ ਦੇਖੀ ਆ ਜੀ, ਜਿਹੜੇ ਬੰਦਿਆਂ ਨੂੰ ਜਾਣਦੇ। ਕੱਲ੍ਹ ਸਾਡੇ ਕੋਲ ਡਾਕਟਰ ਸਾਹਿਬ ਆਏ ਸੀਗੇ, ਉਹ ਵੀ ਸਾਨੂੰ ਇਹਦੇ ਮਾੜੂ ਪ੍ਰਭਾਵਾਂ ਤੋਂ ਜਾਣੂ ਕਰਾ ਕੇ ਗਏ ਨੇ ਜੀ, ਅਤੇ ਬਾਕੀ ਸਾਨੂੰ ਸਾਰੀਆਂ ਯੂਨੀਅਨਾਂ ਦਾ ਸਾਥ ਆ ਜੀ, ਅਤੇ ਜਿੰਨੀਆਂ ਆਪਣੀਆਂ ਸੰਘਰਸ਼ ਕਮੇਟੀਆਂ ਨੇ ਉਹ ਵੀ ਸਾਡੇ ਕੋਲ ਆ ਰਹੀਆਂ ਨੇ, ਅਤੇ ਅਸੀਂ ਇਹਨੂੰ ਫੈਕਟਰੀ ਨੂੰ ਬੰਦ ਕਰਾ ਕੇ ਹੀ ਰਹਾਂਗੇ। ਰਜਿੰਦਰ ਸਿੰਘ ਚੀਮਾ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਜੇ ਉਹ ਮੌਤ ਦੇ ਮੂੰਹ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਅੱਜ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਵੀ ਕਿਹਾ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ, ਇਹ ਤਾਂ ਇਹਨਾਂ ਨੇ ਸਾਰਾ ਕੁਛ ਹੀ ਗੰਧਲਾ ਕਰਤਾ। ਬਹੁਤ ਕੁਛ ਜ਼ਿਆਦਾ ਬਦਬੋ ਆ ਰਹੀ ਆ, ਇਹ ਇੱਕ ਮੌਤ ਦੀ ਮੂੰਹ ਵਾਲੀ ਫੈਕਟਰੀ ਆ, ਇਹਦੇ ਵਿੱਚ ਜਿਹੜਾ ਪਾਣੀ ਥੱਲੇ ਗਰਕਾਉਂਦੇ ਆ ਉਹਦੇ ਨਾਲ ਸਾਡੇ ਪਾਣੀ ਖਰਾਬ ਹੋ ਰਹੇ ਨੇ, ਹਵਾ ਦੂਸ਼ਿਤ ਹੋ ਰਹੀ ਆ, ਜ਼ਮੀਨਾਂ ਬੰਜਰ ਹੋ ਰਹੀਆਂ ਨੇ। ਅੱਜ ਤੋਂ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਜਥੇਬੰਦੀਆਂ ਨੇ, ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਆ, ਪਰ ਅੱਜ ਵੀ ਅਸੀਂ ਇਹ ਦਾਅਵਾ ਕਰਦੇ ਹਾਂ
ਕਿ ਜਿਸ ਤਰ੍ਹਾਂ ਸਹਿਯੋਗ ਆ ਅਸੀਂ ਡਟ ਕੇ ਬੈਠਾਂਗੇ। ਜਿੰਨਾ ਚਿਰ ਵੀ ਇਹ ਮੋਰਚਾ ਲਾਉਣਾ ਪਊ, ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ, ਉਨਾ ਚਿਰ ਸਾਡਾ ਮੋਰਚਾ ਲਗਾਤਾਰ ਲੱਗਿਆ ਰਹੂਗਾ। ਇੱਕ ਇਹਦਾ ਸਬੂਤ ਦਿੰਦੇ ਹੋਏ ਆਲੇ ਦੁਆਲੇ ਪਿੰਡਾਂ ਵਿੱਚੋਂ ਵੀ, ਜਿਵੇਂ ਸਰਪੰਚ ਸਾਹਿਬ ਗੋਬਿੰਦਪੁਰੇ ਤੋਂ ਵੀ ਆਏ ਨੇ, ਹੋਰ ਵੀ ਬਹੁਤ ਥਾਂ ਤੋਂ ਸਾਥੀ ਪਹੁੰਚਦੇ ਨੇ, ਸਾਨੂੰ ਪੂਰਾ ਸਹਿਯੋਗ ਆ ਤਾਂ ਕਿ ਅਸੀਂ ਆਪਦਾ ਸਹਿਯੋਗ ਇਹਨਾਂ ਤੱਕ ਲਿਜਾਈਏ, ਤਾਂ ਕਿ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ, ਫੈਕਟਰੀ ਵਾਲਿਆਂ ਨੂੰ ਪਤਾ ਲੱਗੇ ਕਿ ਇਕੱਠ ਘੱਟਦਾ ਨਹੀਂ, ਵੱਧਦਾ ਹੀ ਜਾ ਰਿਹਾ। ਇਸ ਕਰਕੇ ਅਸੀਂ ਜਿੰਨਾ ਉਨਾਂ ਚਿਰ ਬੈਠਾਂਗੇ, ਕੋਈ ਵੀ ਕੁਰਬਾਨੀ ਕਰਨੀ ਪੈ ਜਾਵੇ ਜਿੰਨਾ ਚਿਰ ਇਹ ਬੰਦ ਨਹੀਂ।